मरासी बरादरी के गायकों ने पंजाब च ही नहीं बल्कि पूरे हिंदुस्तान ते विदेशों विच भी अपनी धूम मचाई हुई है। इस बरादरी के गायकों नूं छोटे तो लैके राष्ट्रपति अवार्ड तक मिल चुके ने। इन्हां गायकों की जेकर गल की जाए तो यह सारे मलेरकोटला विच एक समागम दौरान शिरकत करने लई पहुंचे सन। इस दौरान मास्टर सलीम मुहम्मद बूटा खान सरदार अली फिरोज खान आदि ने कहा कि उन्होंने वालों बनाई गई संस्था ने कोरोना काल विच हर एक गरीब की मदद की है। इस दौरान उन्होंने कहा कि गुरु नानक देव जी दे नाल भाई मरदाना जी सन वह भी उन्होंने बरादरी दे नाल संबंध रखते सन पर अज तक किसी भी सरकार ने उन्होंने यादगार नहीं बनाई। उन्होंने ऐलान किया कि वह भाई मरदाना जी की यादगार बनवाएंगे। ਭੋਗ ਤੇ ਆਏ ਸੀਗੇ ਉਸ ਟਾਈਮ ਤਾਂ ਸਾਰੇ ਬੋਲ ਕੇ ਗਏ ਸੀ ਕਿ ਜੋਬ ਦਾ ਹੀ ਬਹੁਤ ਜਲਦੀ ਕੰਮ ਹੋ ਜਾਏਗਾ। ਕਦੀ ਕਹਿੰਦੇ ਨੇ ਕਿ ਸਾਨੂੰ ਪਰੂਫ ਲਿਆ ਕੇ ਦਿਖਾਓ ਕਿ ਹਾਂ ਕਰੋਨਾ ਨਾਲ ਹੀ ਡੈਥ ਹੋਈ ਸੀ। ਅਸੀਂ ਝੂਠ ਥੋੜ੍ਹੀ ਬੋਲਾਂਗੇ ਕਿ ਕਰੋਨਾ ਨਾਲ ਨਹੀਂ ਹੋਈ ਸੀ। ਸਾਡੇ ਘਰ ਦੀ ਹਾਲਤ ਵੀ ਠੀਕ ਨਹੀਂ ਹੈ। ਸਾਡੇ ਘਰ 'ਚ ਸਿਰਫ ਮੇਰੇ ਹਸਬੈਂਡ ਹੀ ਸੀ ਜੋ ਜੋਬ ਕਰਦੇ ਸੀ। ਹੁਣ 8-9 ਮਹੀਨੇ ਹੋ ਗਏ ਮੈਨੇ ਕੋਈ ਵੀ ਇਨਕਮ ਦਾ ਸਾਧਨ ਨਹੀਂ ਹੈ ਹੁਣ ਸਾਡੇ ਕੋਲ। ਮੁੱਖ ਮੰਤਰੀ ਦੇ ਸੁਰੱਖਿਆ ਦਸਤੇ ਦਾ ਸਿਪਾਹੀ, ਮਾਂ ਬਾਪ, ਪਤਨੀ ਤੇ ਬੱਚਿਆਂ ਦਾ ਇੱਕ ਮਾਤਰ ਸਹਾਰਾ ਇਕਲੌਤਾ ਕਮਾਊ ਪੁੱਤ ਸੀ ਸ਼ਹੀਦ ਜਸਪਾਲ ਸਿੰਘ, ਜੋ ਕਿ ਆਪਣਾ ਫਰਜ਼ ਨਿਭਾਉਂਦਿਆਂ ਕੋਰੋਨਾ ਦੇ ਕਾਰਨ ਸ਼ਹੀਦ ਹੋ ਗਿਆ। ਕੀ ਅਜੇ ਵੀ ਇਹ ਪਰਿਵਾਰ ਤਰਸ ਦੇ ਆਧਾਰ 'ਤੇ ਨੌਕਰੀ ਦੇ ਲਾਇਕ ਨਹੀਂ? ਅਮੀਰ ਮੰਤਰੀਆਂ ਦੇ ਇਹ ਬੱਚੇ, ਮਹਿੰਗੀਆਂ ਗੱਡੀਆਂ ਅਤੇ ਕਰੋੜਾਂ ਦੀ ਸੰਪੱਤੀ ਦੇ ਮਾਲਕ, ਕੀ ਇਹ ਲੋਕ ਸੱਚਮੁੱਚ ਤਰਸ ਦੇ ਪਾਤਰ ਨੇ? ਪੰਜਾਬ ਮੰਗ ਦਾ ਜਵਾਬ। ਅਗਰ ਸਰਕਾਰ ਵੱਲੋਂ ਕੋਈ ਸਾਨੂੰ ਲੱਗਦਾ ਕਿ ਸਰਕਾਰ ਸਾਡਾ ਆਹ ਹੱਕ ਨਹੀਂ ਦੇ ਰਹੀ ਤਾਂ ਅਸੀਂ ਉਹਨਾਂ ਦੇ ਨਾਲ ਬੈਠ ਕੇ ਮੀਟਿੰਗ ਕਰਾਂਗੇ ਜਾਂ ਉਹਨਾਂ ਤੱਕ ਅਸੀਂ ਪੈਗਾਮ ਦੇਵਾਂਗੇ ਕਿ ਸਾਡੇ ਕਲਾਕਾਰ ਭਾਈਚਾਰੇ ਨੂੰ ਇਹ ਡਿਮਾਂਡਸ ਹੈਗੀਆਂ ਨੇ, ਇਹਨਾਂ ਦੀਆਂ ਇਹ ਮੰਗਾਂ ਨੇ, ਇਹਨਾਂ ਨੂੰ ਪੂਰਾ ਕੀਤਾ ਜਾਵੇ। ਔਰ ਸੈਕਿੰਡ ਨੰਬਰ 'ਤੇ ਅਸੀਂ ਆਵਾਮ ਲਈ ਜਿਹੜੀ ਸਾਡੀ ਮੀਰ ਆਲਮ ਕੌਮ ਹੈ, ਮੀਰਾਸੀ ਜਿਹਨੂੰ ਅਸੀਂ ਕਹਿੰਦੇ ਹਾਂ, ਮਿਰਾਸ ਦਾ ਮਤਲਬ ਹੈ ਕਿ ਵਿਰਾਸਤ ਨੂੰ ਯਾਦ ਰੱਖਣਾ। ਉਹ ਮਿਰਾਸ ਉਹਨੂੰ ਕਹਿੰਦੇ ਆ। ਮਿਰਾਸੀ ਦਾ ਮਤਲਬ ਤਾਂ ਬਹੁਤ ਵੱਡਾ ਹੈ, ਲੇਕਿਨ ਅਸੀਂ ਸਾਡੀ ਸੋਚ ਨੇ ਉਹਨੂੰ ਛੋਟਾ ਕਰ ਦਿੱਤਾ। ਕਬਰਸਤਾਨ ਦੇ ਮਾਮਲੇ ਬਾਰੇ ਕਾਫਲਾ ਅਮੀਰ ਉਹਦੇ ਲਈ ਜਦੋਂ ਜਹਿਦ ਕਰੇਗਾ, ਔਰ ਅੱਲਾ ਨੇ ਚਾਹਿਆ ਤਾਂ ਇਹ ਅਸੀਂ ਸਰਕਾਰ ਦੇ ਨਾਲ ਵਾਅਦਾ ਵੀ ਕਰਾਂਗੇ ਔਰ ਵਾਅਦਾ ਉਹਨਾਂ ਤੋਂ ਲਵਾਂਗੇ ਵੀ ਕਿ ਸਾਡੀਆਂ ਜਿਹੜੀਆਂ ਇਹ ਸਾਰੀਆਂ ਮੰਗਾਂ ਨੇ, ਔਰ ਜਦੋਂ ਸਾਡੇ ਵਕਫ ਬੋਰਡ ਬਣਦਾ, ਪੰਜਾਬ ਪੰਜਾਬੀ ਵਕਫ ਬੋਰਡ ਜਦੋਂ ਬਣਦਾ ਤਾਂ ਉਹਦੇ ਵਿੱਚ ਸਾਡਾ ਮੁੱਦਾ ਕਿ ਪੰਜਾਬੀ ਮੁਸਲਮਾਨ ਉਹਦੇ ਵਿੱਚ ਪਹਿਲ ਦੇ ਆਧਾਰ 'ਤੇ ਹੋਣਾ ਚਾਹੀਦਾ, ਨਾ ਕਿ ਯੂਪੀ ਬਿਹਾਰ ਦਾ ਮੁਸਲਮਾਨ ਹੋਣਾ ਚਾਹੀਦਾ। ਬਿਲਕੁਲ ਜੀ, ਜਾਣ ਦੀ ਉਮੀਦ ਤਾਂ ਅਸੀਂ ਬਹੁਤ ਦੂਰ ਤੱਕ ਰੱਖਦੇ ਹਾਂ, ਲੇਕਿਨ ਅੱਜ ਸ਼ੁਰੂਆਤ ਹੋਈ ਆ। ਅੱਲਾ ਚਾਹੇ ਅਸੀਂ ਕੋਸ਼ਿਸ਼ ਕਰਾਂਗੇ ਕਿ ਸਾਡੀਆਂ ਜਿਹੜੀਆਂ ਡਿਮਾਂਡਸ ਹੈਗੀਆਂ, ਸਾਡੀਆਂ ਜਿਹੜੀਆਂ ਜੈਨੂਅਨ ਗੱਲਾਂ ਹੈਗੀਆਂ ਬੇਸਿਕ, ਕੁਛ ਤਾਂ ਅਸੀਂ ਆਪਣੇ ਆਪ ਹੀ ਉਹਨਾਂ ਨੂੰ ਹੱਲ ਕਰਾਂਗੇ, ਔਰ ਜਿਹੜੀਆਂ ਸਾਡੀਆਂ ਅਸੀਂ ਸਰਕਾਰ ਪਾਸੋਂ ਮੰਗਾਂ ਰੱਖਾਂਗੇ ਉਹ ਜਿਹੜੀਆਂ ਸਰਕਾਰ ਪਾਸੋਂ। ਆਪਣੀ ਕੌਮ ਵਾਸਤੇ ਜੋ ਸਾਡੀ ਮੀਰ ਆਲਮ ਕੌਮ ਹੈ ਉਹਦੇ ਲਈ ਅਸੀਂ ਮਿਲ ਜੁਲ ਕੇ ਕਾਫੀ ਦੇਰ ਤੋਂ ਕੁਛ ਨਾ ਕੁਛ ਕਰਨਾ ਚਾਹੁੰਦੇ ਸੀ ਵੀ ਸਾਡੇ ਨਿਆਣੇ, ਸਾਡੇ ਬੱਚੇ ਅੱਛੀਆਂ ਪੋਸਟਾਂ 'ਤੇ ਹੋਣ, ਪੜ੍ਹ ਲਿਖ ਜਾਣ। ਉਹਦੇ ਲਈ ਸਾਨੂੰ ਇੱਕ ਪਲੇਟਫਾਰਮ ਦੀ ਲੋੜ ਸੀ, ਜ਼ਰੂਰਤ ਸੀ, ਜੋ ਕਿ ਕਾਫਲਾ ਏ ਮੀਰ ਦੇ ਨਾਮ ਨਾਲ ਸਾਨੂੰ ਮਿਲਿਆ। ਅਸੀਂ ਸਾਰੇ ਉਹਦੇ ਨਾਲ ਜੁੜੇ ਹੋਏ ਹਾਂ। ਸਾਡੀ ਜਿਹੜੀ ਬਰਾਦਰੀ ਆ ਉਹ ਤਰੱਕੀ ਕਰਨੀ ਚਾਹੀਦੀ ਹੈ, ਸਾਡੀ ਜਿਹੜੀ ਬਰਾਦਰੀ ਆ ਉਹਨੂੰ ਹੱਕ ਮਿਲਣੇ ਚਾਹੀਦੇ ਨੇ ਕੁਛ, ਸਾਡੀ ਜਿਹੜੀ ਬਰਾਦਰੀ ਆ ਉਹ ਅੱਛਾ ਰਹਿਣ ਸਹਿਣ ਹੋ ਜਾਵੇ, ਸਾਡੇ ਬੱਚਿਆਂ ਦਾ ਅੱਗੇ ਵਧੀਆ ਹੋਵੇ, ਫਿਊਚਰ ਅੱਛਾ ਹੋਵੇ, ਉਹਦੇ ਲਈ ਅਸੀਂ ਮੀਟਿੰਗ ਕਰ ਰਹੇ ਹਾਂ। ਕਾਫਲਾ ਏ ਮੀਰ ਤੋਂ ਇੱਕ ਟਾਈਟਲ ਤੋਂ ਕਲੀਅਰ ਹੋ ਰਿਹਾ ਕਿ ਇਹ ਮੀਰ ਆਲਮ ਬਰਾਦਰੀਆਂ ਦਾ ਕਾਫਲਾ ਹੈ। ਮੀਰ ਆਲਮ ਬਰਾਦਰੀ ਇਨ ਦਾ ਸੈਂਸ ਮਿਰਾਸੀ ਕਾਸਟ। ਸੋ ਇਹਦੇ ਵਿੱਚ ਸਾਡਾ ਜਿਹੜਾ ਮੇਨ ਕਿੱਤਾ ਉਹ ਮਿਊਜ਼ਿਕ ਹੈ। ਅਸੀਂ ਗਾਣਾ ਗਾਉਂਦੇ ਹਾਂ, ਅਸੀਂ ਲੋਕਾਂ ਨੂੰ ਗਾਣਾ ਸੁਣਾਉਂਦੇ ਹਾਂ, ਲੋਕਾਂ ਨੂੰ ਖੁਸ਼ ਕਰਦੇ ਹਾਂ। ਜੇ ਮੈਂ ਸ਼ੁਰੂਆਤ ਦੀ ਗੱਲ ਕਰਾਂ ਤਾਂ ਮਲੇਰਕੋਟਲਾ ਸ਼ਹਿਰ ਨਵਾਬੀ ਸ਼ਹਿਰ ਹੈ। ਅਸੀਂ ਨਵਾਬ ਸ਼ੇਰ ਖਾਨ ਮਲੇਰਕੋਟਲਾ ਦੇ ਸ਼ਹਿਰ ਦੇ ਰਹਿਣ ਵਾਲੇ ਹਾਂ, ਜਿਨ੍ਹਾਂ ਨੇ ਛੋਟੇ ਸਾਹਿਬਜ਼ਾਦਿਆਂ ਦੇ ਹੱਕ 'ਚ ਆਹ ਦਾ ਨਾਰਾ ਮਾਰਿਆ। ਇਸ ਤੋਂ ਅੱਗੇ ਗੱਲ ਕਰਾਂ, ਜਿਹੜੇ ਸਾਡੇ ਬਜ਼ੁਰਗ ਸੀਗੇ ਹਜ਼ਰਤ ਪੀਰ ਬਾਬਾ ਮਰਦਾਨੇ ਸ਼ਾਹ, ਉਹ ਹਜ਼ਰਤ ਸਤਿਗੁਰ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਜ਼ਿੰਦਗੀ ਗੁਜ਼ਾਰੀ ਉਹਨਾਂ ਨੇ, ਅਤੇ ਇਹ ਕੀਰਤਨ ਦੀ ਸ਼ੁਰੂਆਤ ਉਹਨਾਂ ਨੇ ਕੀਤੀ। ਗੁਰੂ ਨਾਨਕ ਪਾਤਸ਼ਾਹ ਬਾਬੇ ਮਰਦਾਨੇ ਨੂੰ ਕਹਿੰਦੇ ਹੁੰਦੇ ਸੀਗੇ ਕਿ ਭਾਈ ਮਰਦਾਨਿਆਂ ਰਬਾਬ ਵਜਾ ਕੀਰਤਨ ਕਰੀਏ। ਅਸੀਂ ਉਹਨਾਂ ਦੇ ਪੈਰੋਕਾਰ ਹਾਂ,
असी अनेक सुपरस्टार दिते है वर्ल्ड नू, जिवें मुंबई की गल करा तो इस्माइल दरबार साहब, जावेद अली है जी, तो अपने बहुत सारे उस्मान मीर की गल करा, तो कुलदीप माणक साहब, ईदू शरीफ जी राष्ट्रपति अवार्ड विनर, पूरन शाह कोटी जी राष्ट्रपति अवार्ड विनर, मास्टर सलीम, सरदूल सिकंदर, शौकत अली मतोई, फिरोज खान, कमल खान, जी खान, अफसाना खान, गुरलेज अख्तर, सो मैनी नेम्स रिलेटेड टू आर कास्ट। सो असी अपनी कौम को जगाना, जिहड़े साढ़े जगह जगह गरीब परिवार बैठे ने उन्होंने नाल जोड़ के चलना, उन्होंने किसी जगह कोई प्रॉब्लम आ रही है, चाहे वह कब्रस्तान की प्रॉब्लम है, मस्जिद की प्रॉब्लम आ, एजुकेशन की प्रॉब्लम आ, तो कोई धी व्याह वाली बैठी है, परिवार गरीब है, काफला अमीर मदद करेगा, कोई टैलेंटेड बच्चा उन्होंने किसी म्यूजिक ट्रेनर की जरूरत है, काफला अमीर प्रोवाइड करेगा, कोई टैलेंटेड बच्चा पढ़ना चाहता उसकी एजुकेशन काफला अमीर प्रोवाइड करेगा। सो ये साडा मुख्य मंतव है। और अगली गल, असी साडे जिहड़े बुजुर्ग हज़रत बाबा मरदाने शाह, असी उन्हां दी यादगार बनावांगे ताकि साडा तीर्थ स्थल बने जिथे असी सजदा करिए साडे बाबे दी यादगार, अज तक पंजाब दे विच किते नहीं बणी। ਮਲੇਰਕੋਟਲਾ ਤੋਂ ਬਿਊਰੋ ਰਿਪੋਰਟ, ਵਧੇਰੇ ਖਬਰਾਂ ਲਈ ਤੁਸੀਂ ਦੇਖਦੇ ਰਹੋ ਅਜੀਤ ਵੈਬ ਟੀਵੀ। ਦੇਸ਼ ਦੁਨੀਆ ਦੀਆਂ ਤਾਜ਼ਾ ਖਬਰਾਂ ਦੇ ਲਈ ਹੁਣੇ ਪਲੇ ਸਟੋਰ ਤੋਂ ਡਾਊਨਲੋਡ ਕਰੋ ਪੰਜਾਬ ਦੀ ਆਵਾਜ਼ ਅਜੀਤ ਨਿਊਜ਼ ਐਪ। ਹੁਣ ਤੁਹਾਡਾ ਆਪਣਾ ਅਜੀਤ ਹਰ ਸੋਸ਼ਲ ਮੀਡੀਆ ਪਲੇਟਫਾਰਮ ਦੇ ਉੱਤੇ ਉਪਲਬਧ ਹੈ। ਫੇਸਬੁੱਕ ਦੇ ਉੱਤੇ ਹੁਣੇ ਲਾਈਕ ਤੇ ਫੋਲੋ ਕਰੋ ਅਜੀਤ ਦਾ ਆਫੀਸ਼ੀਅਲ ਪੇਜ ਡੇਲੀ ਅਜੀਤ, ਤੇ ਹਾਂ ਨਾਲ ਹੀ ਦੋਸਤਾਂ ਨੂੰ ਪੇਜ ਲਾਈਕ ਕਰਨ ਦੇ ਲਈ ਇਨਵਾਈਟ ਕਰਨਾ ਨਾ ਭੁੱਲਣਾ। ਇੰਨਾ ਹੀ ਨਹੀਂ, ਹਿੰਦੀ ਦੇ ਵਿੱਚ ਖਬਰਾਂ ਵਾਸਤੇ ਲਾਈਕ ਤੇ ਫੋਲੋ ਕਰੋ ਸਾਡਾ ਫੇਸਬੁੱਕ ਪੇਜ ਅਜੀਤ ਸਮਾਚਾਰ ਹਿੰਦੀ। ਯੂਟਿਊਬ ਦੇ ਉੱਤੇ ਵੀਡੀਓ ਖਬਰਾਂ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਅਜੀਤ ਦਾ ਆਫੀਸ਼ੀਅਲ ਯੂਟਿਊਬ ਚੈਨਲ ਅਜੀਤ ਵੈਬ ਟੀਵੀ। ਤੁਹਾਡਾ ਆਪਣਾ ਅਜੀਤ ਹੁਣ ਟਵਿੱਟਰ ਤੇ ਇੰਸਟਾਗ੍ਰਾਮ ਦੇ ਉੱਤੇ ਵੀ ਉਪਲਬਧ ਹੈ। ਟਵਿੱਟਰ ਦੇ ਉੱਤੇ ਖਬਰਾਂ ਦੇ ਲਈ ਫੋਲੋ ਕਰੋ ਡੇਲੀ ਅਜੀਤ, ਤੇ ਇੰਸਟਾਗ੍ਰਾਮ ਦੇ ਉੱਤੇ ਖਬਰਾਂ ਦੇ ਨਾਲ ਨਾਲ ਵੀਡੀਓ ਦੇਖਣ ਦੇ ਲਈ ਫੋਲੋ ਕਰੋ ਬਲੂ ਟਿਕ ਵਾਲਾ ਸਾਡਾ ਆਫੀਸ਼ੀਅਲ ਚੈਨਲ ਡੇਲੀ ਅਜੀਤ। ਇੰਨਾ ਹੀ ਨਹੀਂ, ਅਜੀਤ ਦੇ ਵੀਡੀਓ ਹੁਣ ਤੁਸੀਂ ਐਪਲ ਟੀਵੀ ਦੇ ਉੱਤੇ ਵੀ ਵੇਖ ਸਕਦੇ ਹੋ, ਤੇ ਨਾਲ ਹੀ ਅਜੀਤ ਅਖਬਾਰ ਦਾ ਡਿਜੀਟਲ ਐਡੀਸ਼ਨ ਪੜ੍ਹਨ ਦੇ ਲਈ ਡਾਊਨਲੋਡ ਕਰੋ ਅਜੀਤ ਈ ਪੇਪਰ ਐਪ। ਤੁਹਾਡਾ ਆਪਣਾ ਭਰੋਸੇਯੋਗ ਚੈਨਲ, ਤੁਹਾਡੀ ਆਪਣੀ ਆਵਾਜ਼, ਪੰਜਾਬ ਦੀ ਆਵਾਜ਼ ਅਜੀਤ।